ਡਾਇਬੀਟਿਸ ਦੀ ਪ੍ਰੋਬਲਮ ਬਿਨਾ ਗੋਲੀ ਤੋਂ 300 ਰਹਿੰਦਾ ਸੀ ਇੱਕ ਮੈਂ ਵੈਸੀ ਹਫਤੇ ਕਿਤਾ ਉਹਦੇ ਤੇ ਕਰਕੇ ਦੇਖਿਆ ਸੀਗਾ ਤੇ ਯਾਰ ਮੈਂ ਵੀ ਆ ਹਾਰਡ ਡਾਈਟ ਲੈ ਕੇ ਦੇਖ ਗੋਲੀ ਤੋਂ ਬਿਨਾ ਉਹਦੀ ਸ਼ੂਗਰ 80 ਆ ਗਈ ਸੀ ਅੱਛਾ ਜੀ ਹਾਂ ਕਹਿੰਦਾ ਉਹ ਤਾਂ ਥਲੜ ਦੇ ਪਾਸੇ ਨੂੰ ਆ ਗਈ ਹਾਂ ਮਤਲਬ ਸਾਰਾ ਕੁਝ ਹੁੰਦਾ ਹੈਗਾ ਪਰ ਓਪਨਲੀ ਜੇ ਮੈਂ ਆਖੂ ਮੇਰੇ ਤੇ ਕੇਸ ਕਰਕੇ ਅੰਦਰ ਕਰ ਦੇਣਗੇ ਕੁਝ ਤਾਂ ਮਤਲਬ ਕੀ ਆ ਸਾਰਾ ਕੁਝ ਜਿਹੜਾ ਸਾਡੇ ਖਰਾਕ ਤੇ ਨਿਰਭਰ ਕਰਦਾ ਹੁੰਦਾ ਅੱਛਾ 슈ਗਰ ਤੇ ਚਾਣਨਾ ਥੋੜਾ ਪਾਉਂ ਪਾਉਂਗੇ ਕਿਸ ਤਰ੍ਹਾਂ ਦੀ ਡਾਈਟ ਦੀ ਗੱਲ ਕਰਾਂ ਕਿਉਂਕਿ 슈ਗਰ ਦੀ ਜੇਕਰ ਮੈਂ 슈ਗਰ ਵੀ ਤੁਸੀਂ 슈ਗਰ ਦੀ ਗੱਲ ਕਰੀਏ ਜਿਵੇਂ ਇੱਕ ਘਰ ਦੇ ਵਿੱਚ ਵੜ ਜਾਈਏ ਘਰ ਦੇ ਵਿੱਚ ਜੇ 10 ਜੀ ਆ ਤਾਂ ਉਹਨਾਂ ਦੇ ਵਿੱਚ ਕੋਈ ਚਾਰਾਂ ਨੂੰ 슈ਗਰ ਦੀ ਪ੍ਰੋਬਲਮ ਹੈਗੀ ਆ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈ ਪੈਂਕਰੀਆਜ਼ ਜਿਹੜਾ ਇਨਸੂਲਿਨ ਨੂੰ ਆਪਣੇ ਨੂੰ ਪ੍ਰੋਡਿਊਸ ਕਰਦਾ ਇਨਸੂਲਿਨ ਸਾਡਾ ਜਾ ਜਿਹੜਾ 슈ਗਰ ਨੂੰ ਕੰਟਰੋਲ ਕਰਦਾ ਪੈਂਕਰੀਆਜ਼ ਦੀ ਫੰਕਸ਼ਨਿੰਗ ਜੇ ਖਰਾਬ ਹੋ ਗਈ ਤੁਸੀਂ ਪਰਮਾਨੈਂਟਲੀ ਤਾਂ ਉਹਨੂੰ ਠੀਕ ਨਹੀਂ ਕਰ ਸਕਦੇ ਕਿਉਂਕਿ ਤੱਕਾ ਇੰਨਾ ਕਰ ਚੁੱਕੇ ਹੁੰਦੇ ਆ ਕਿ ਸਾਡਾ ਅੰਗ ਹੀ ਕੰਮ ਕਰਨੋਂ ਜਿਹੜਾ ਪ੍ਰੋਪਰਲੀ ਹਟ ਜਾਂਦਾ ਦੂਜਾ ਜਿਹੜਾ ਸਾਡੇ ਕਲਚਰ ਇਹ ਬਣਿਆ ਹੋਇਆ ਹੈ ਖੰਡ ਬੰਦ ਕਰਕੇ ਗੁੜ ਤੇ ਸ਼ੱਕਰ ਖਾਣੀ ਸ਼ੁਰੂ ਕਰ ਦਿੰਦੇ ਆ ਹਮ ਮੈਂ ਆ ਪਿੱਛੇ ਜੇ ਕਾਲਜ ਦੇ ਵਿੱਚ ਜਾ ਕੇ ਉੱਥੇ ਸੀ ਥੋੜਾ ਜਿਹਾ ਸੈਮੀਨਾਰ ਟਾਈਪ ਉੱਥੇ ਬੋਲਿਆ ਸੀ ਗੁੜ ਤੇ ਸ਼ੱਕਰ ਬਾਰੇ ਤੇ ਹੁਣ ਗੁੜ ਤੇ ਸ਼ੱਕਰ ਜਿਹੜੇ ਬੰਦੇ ਨੂੰ ਪਹਿਲਾਂ ਤੋਂ 슈ਗਰ ਹੈ ਡਾਇਬੀਟਿਸ ਆ ਉਹਦੇ ਲਈ ਬਹੁਤ ਮਾੜੇ ਨੇ ਹਾਂ ਜਾਂ ਮੋਟਾ ਬੰਦਾ ਉਹਦੇ ਲਈ ਬਹੁਤ ਮਾੜੇ ਨੇ ਕਿਉਂ ਗਲਾਈਸੇਮਿਕ ਇੰਡੈਕਸ ਹੁੰਦਾ ਇੱਕ 슈ਗਰ ਨੂੰ ਹਿੱਟ ਕਰਨਾ ਕਿੰਨੀ ਸਪੀਡ ਨਾਲ ਕਰਨਾ ਆਮ ਜਿਹੜੀ ਖੰਡ ਘਰਾਂ ਚ ਵਰਤਦੇ ਆਪਾਂ ਉਹ ਲਗਭਗ 68 63 ਹੁੰਦਾ ਉਹਦਾ ਗਲਾਈਸੇਮਿਕ ਇੰਡੈਕਸ ਤੇ ਜਿਹੜੇ ਸ਼ੱਕਰ ਤੇ ਗੋੜ ਨੇ ਇਹਨਾਂ ਦਾ 83 83 ਹੁੰਦਾ ਦੇਖੋ 21 22 ਗਲਾਈਸੇਮਿਕ ਇੰਡੈਕਸ ਦਾ ਜਿਹੜਾ ਯੂਨਿਟਸ ਦਾ ਫਰਕ ਹੈ ਐਨੀ ਤੇਜ਼ੀ ਨਾਲ ਉਹ 슈ਗਰ ਨੂੰ ਹਿੱਟ ਕਰਦੇ ਆ ਪਾ ਉਹਨੂੰ ਬੰਦ ਕਰਨਾ ਪੈਣਾ ਸਾਰਿਆਂ ਤੋਂ ਪਹਿਲਾਂ ਤਾਂ ਹਾਂ ਜੇ ਆਪਾਂ ਗੱਲ ਕਰੀਏ ਇੱਕ ਫਿੱਟ ਬੰਦੇ ਦੀ ਇੱਕ ਜਿਹੜਾ ਤੰਦਰੁਸਤ ਬੰਦਾ ਉਹਨੂੰ ਗੁੜ ਤੇ ਸ਼ੱਕਰ ਜਿਹੜੇ ਬਹੁਤ ਹੀ ਲਾਹੇਵੰਦ ਨੇ ਕਿਉਂਕਿ ਖਣਿਜ ਜੀ ਬਹੁਤ ਤਰ੍ਹਾਂ ਦੇ ਹੁੰਦੇ ਆ ਇਹਦੇ ਵਿੱਚ ਆਇਰਨ ਬਹੁਤ ਵਧੀਆ ਹੁੰਦਾ ਮੈਗਨੀਸ਼ੀਅਮ ਹੁੰਦਾ ਤਾਂ ਦੂਜੇ ਪਾਸੇ ਖੰਡ ਦੇ ਵਿੱਚ ਇਹ ਕੁਝ ਨਹੀਂ ਹੁੰਦਾ ਹਾਂ ਖੰਡ ਵੀ ਮਾੜੀ ਹੀ ਆ ਮੈਂ ਖੰਡ ਨੂੰ ਕੋਈ ਸਲਾਹ ਮਤਲਬ ਨਹੀਂ ਰਹੀ ਕੋਈ ਪ੍ਰੇਜ਼ ਨਹੀਂ ਕਰ ਰਿਹਾ ਵੀ ਖੰਡ ਚੰਗੀ ਹੁੰਦੀ ਹੈ ਪਰ ਖੰਡ ਘੱਟ ਮਾੜੀ ਹੁੰਦੀ ਹੈ ਜੇ 슈ਗਰ ਵਾਲਾ ਮਰੀਜ਼ ਹੈ ਹੁਣ ਉੱਥੇ ਇੱਕ ਮੈਡਮ ਨੇ ਸਵਾਲ ਕੀਤਾ ਸੀ ਮੈਨੂੰ ਕਹਿੰਦੇ ਵੀ ਸਾਡੇ ਪਿੰਡਾਂ ਦੇ ਵਿੱਚ ਤਾਂ ਖੰਡ ਛੱਡ ਕੇ ਕਹਿੰਦੇ 슈ਗਰ ਵਾਲੇ ਮਰੀਜ਼ ਆ ਜਿਹੜੇ ਉਹ ਗੁੜ ਤੇ ਸ਼ੱਕਰ ਖਾਣ ਲੱਗ ਜਾਂਦੇ ਨੇ ਫਿਰ ਉਹ ਕਿਵੇਂ ਘਟ ਉੱਥੇ ਫਿਰ ਹੁਣ ਸ਼ਰਾਬ ਪੀਣੀ ਮਾੜੀ ਐ ਸ਼ਰਾਬ ਵਾਲਾ ਬੰਦਾ 50 ਤੇ ਵੀ ਲਿਵਰ ਫੇਲ ਕਰ ਲੈਂਦਾ 100 ਤੇ ਵੀ ਭਗ ਜਾਂਦਾ ਐ ਜ਼ਰੂਰੀ ਤਾਂ ਨਹੀਂ ਵੀ ਸਾਰਿਆਂ ਨੂੰ ਹੋਵੇ ਪਰ ਆਪਾਂ ਗੱਲ ਇੱਥੇ ਲੌਜੀਕ ਦੀ ਕਰਨੀ ਹੈ ਨਾ ਵੀ ਉੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਗਿਆ ਤੇ ਸ਼ੂਗਰ ਦੇ ਵਿੱਚ ਕੀ ਹੈ ਬੇਸਿਕਲੀ ਤੁਸੀਂ ਜਿਹੜੇ ਆ ਅ ਕਾਰਬੋਹਾਈਡਰੇਟਸ ਨੂੰ ਕੰਟਰੋਲ ਕਰ ਲਓ ਕੰਪਲੈਕਸ ਕਾਰਬੋਹਾਈਡਰੇਟ ਖਾਣ ਲੱਗ ਜਾਓ ਰੋਟੀ ਘਟਾ ਦਿਓ ਦਾਲਾਂ ਜਾਂ ਸਬਜ਼ੀ ਦੀ ਮਾਤਰਾ ਵਧਾ ਦਿਓ ਤੇ ਆਟਾ ਮਲਟੀ grain ਯੂਜ਼ ਕਰਨਾ ਸ਼ੁਰੂ ਕਰ ਦੋ ਮਿੱਠਾ ਕਹਿੰਦੇ ਆ ਮਿੱਠੇ ਦੀ ਕਰੀਵਿੰਗ ਹੁੰਦੀ ਹੈ ਕਰੀਵਿੰਗ ਤਾਂ ਹਰ ਇੱਕ ਨੂੰ ਹੁੰਦੀ ਆ ਮਿੱਠਾ ਦਾ ਐਂ ਕਹਿ ਲੋ ਵੀ ਇਨਸਟੈਂਟ એનર્ਜੀ ਦਿੰਦਾ ਸਾਨੂੰ ਆ ਲੋ ਬੈਠੇ ਆ ਸਾਰੇ ਦਿਨ ਦਾ ਥੱਕਿਆ ਬਾ ਮੈਂ ਟਰੈਵਲਿੰਗ ਕਰਕੇ ਘਰੇ ਆਇਆ ਕੁਝ ਖੇਡ ਕੇ ਆਇਆ ਇੱਕ ਗਲਾਬ ਜਮਨ ਖਾ ਲਈ ਨਾਲ ਦੀ ਨਾਲ ਕੰਮ ਕੰਡੇ ਤੇ ਹੂੰ ਪੂਰੀ એનર્ਜੀ ਉਹ એનર્ਜੀ ਦਿੰਦਾ ਮਿੱਠਾ ਉਹਦੇ ਨਾਲ ਪਲੇਜ਼ਰ ਮਿਲਦਾ ਤਾਂ ਕਰਕੇ ਸੀ ਖਾਣੇ ਆ ਮਿੱਠਾ ਤਾਂ ਕੰਪਲੀਟਲੀ ਬੰਦ ਹੀ ਚਾਹੀਦਾ ਹੁਣ ਕੀ ਆ ਮੇਰੇ ਘਰੇ ਕੰਸਟਰਕਸ਼ਨ ਚੱਲ ਰਹੀ ਸੀ ਮਿਸਤਰੀ ਨੇ ਸਪੈਸ਼ਲ ਕਿਹਾ ਕਹਿੰਦਾ ਵੀ ਦੋ ਕੱਪ ਫਿੱਕੀ ਚਾਹ ਦੇ ਬਣਾ ਦੋ ਵੀ ਸਾਨੂੰ ਦੋ ਜਣਿਆਂ ਨੂੰ ਬਜ਼ੁਰਗਾਂ ਨੂੰ 슈ਗਰ ਹੈ ਠੀਕ ਹੈ ਚਲੋ ਮੈਂ ਮੱਥਾ ਮਾਰ ਕੇ ਉਹ ਟਾਪ ਤੇ ਜਾ ਕੇ ਉਹਨਾਂ ਨੂੰ ਦੋ ਗਲਾਸ ਚਾਹ ਦੇ ਫੜਾ ਕੇ ਆਇਆ ਤੇ ਲੱਡੂ ਵੰਡੇ ਜਾ ਰਹੇ ਸੀਗੇ ਚਾ ਕੇ ਉਹਨਾਂ ਦਾ ਲੱਡੂ ਖਾ ਗਿਆ ਅੱਛਾ ਬਈ ਯਾਰ ਮੇਰੀ ਭਗਾਈ ਕਿਉਂ ਕਰਾਈ ਤੂੰ ਕਹਿੰਦਾ ਜੀ ਕਰਦਾ ਯਾਰ ਕੁਝ ਨਹੀਂ ਹੁੰਦਾ ਐ ਕੀ ਹੁੰਦਾ ਤਾਂ ਇਹੋ ਜਿਹਾ ਕੁਝ ਚੱਲਦਾ ਮਤਲਬ ਕੀ ਹੈ ਮਿੱਠਾ ਤਾਂ ਕੰਪਲੀਟਲੀ ਬੰਦ ਹੀ ਚਾਹੀਦਾ ਬਿਲਕੁਲ ਛੋਲੇ ਰੱਖ ਲਓ ਘਰੇ ਉਵਾਲ ਕੇ ਖਾਣੇ ਆ ਜਾਂ ਭੁਜੇ ਖਾਣੇ ਆ ਜੋ ਵੀ ਸਲਾਹ ਹੁਣ ਰਾ ਫੂਡ ਤਾਂ ਜੇ ਤੁਸੀਂ ਫੋਲੋ ਕਰਨਾ ਮੈਂ ਨਹੀਂ ਕਹਿੰਦਾ ਵੀ ਬਹੁਤ ਔਖਾ ਨਹੀਂ ਹੈ ਉਹ ਸਾਡੇ ਲੋਕ ਨਹੀਂ ਕਰ ਪਾਉਣਗੇ ਮੈਨੂੰ ਪਤਾ ਹੈਗਾ ਚਾਰ ਦਿਨ ਕਰਕੇ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਵੀ ਨਵੇਂ ਲਾਈਫਸਟਾਈਲ ਨੂੰ ਆਪਾਂ ਜਿਹੜਾ ਹੈ ਅਡਾਪਟ ਕਰਦੇ ਆ ਤਾਂ ਉਹਦੇ ਨਾਲ એનર્ਜੀ ਬਹੁਤ ਲੋਅ ਰਹਿੰਦੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਉੱਥੇ ਕੀ ਹੈ 슈ਗਰ ਵਾਲੇ ਪੇਸ਼ੈਂਟਸ ਇਹਨਾਂ ਚੀਜ਼ਾਂ ਨੂੰ ਖਾਣਾ ਸ਼ੁਰੂ ਕਰ ਸਕਦੇ ਹੈਗੇ ਅੱਛਾ ਤੁਸੀਂ ਇੱਥੇ ਦਾਲਾਂ ਦੀ ਗੱਲ ਕਰੀ ਹੈ ਸਬਜ਼ੀਆਂ ਦੀ ਗੱਲ ਕਰੀ ਉਹ ਕਿਸ ਤਰ੍ਹਾਂ ਦੇ ਨਾਲ ਪਕਾ ਕੇ ਖਾਈਆਂ ਜਾਂ ਕਿਸ ਤਰ੍ਹਾਂ ਦੇ ਨਾਲ ਖਾਧੀਆਂ ਨਹੀਂ ਦੇਖੋ ਮੈਂ ਤਾਂ ਇਹ ਕਹਿਣਾ ਵੀ ਰਾਤ ਨੂੰ ਭਿਉਂ ਕੇ ਰੱਖ ਦੋ ਜਾਂ ਸਪਰਾਉਟਸ ਹੁੰਦੇ ਆ ਕੁਝ ਦਿਨ ਭਿਉਂ ਕੇ ਉਹ ਪੁੰਗਰ ਜਾਂਦੇ ਆ ਜਦੋਂ ਉਹ ਸਭ ਤੋਂ ਵਧੀਆ ਹੈ ਖਾ ਲਓ ਕੋਈ ਦਿੱਕਤ ਨਹੀਂ ਹੈ ਮੈਂ ਦੇਖੋ ਬੇਸਿਕਲੀ ਮੈਂ ਇੱਕ ਨੰਬਰ ਦੇ ਉਸੇ ਡਾਈਟ ਨੂੰ ਮੰਨੂਗਾ ਰੌ ਜਿਹੜਾ ਕੱਚਾ ਖਾਣਾ ਹੈ ਕਿਉਂਕਿ ਉਹਦੇ ਰਿਜ਼ਲਟ ਮੈਂ ਦੇਖੇ ਆ ਮੈਂ 2.5 ਮਹੀਨਿਆਂ ਦੇ ਵਿੱਚ ਜਿਹੜਾ ਉਹਦਾ ਰਿਜ਼ਲਟ ਦੇਖ ਲਿਆ ਆਪਣੇ ਪਰਿਵਾਰ ਦੇ ਵਿੱਚ